ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਸੁਖਦਲੇ। ਸ਼ੰਭੂ ਬਾਰਡਰ ਦੇ ਉੱਪਰ ਖੜੇ ਹਾਂ। ਅੱਜ ਕਿਸਾਨ ਅੰਦੋਲਨ ਦਾ 12ਵਾਂ ਦਿਨ ਹੈ। ਲਗਾਤਾਰ ਕਿਸਾਨ ਸ਼ੰਭੂ ਦੇ ਉੱਪਰ ਡਟੇ ਹੋਏ ਆ ਤੇ ਜੇਕਰ ਹੁਣ ਕਿਸਾਨਾਂ ਨੂੰ ਸਮਰਥਨ ਦੀ ਗੱਲ ਕਰੀਏ ਤਾਂ ਤਕਰੀਬਨ ਹਰ ਵਰਗ ਤੋਂ ਸਮਰਥਨ ਆ ਜਿਹੜਾ ਮਿਲਦਾ ਹੋਇਆ ਦਿਖਾਈ ਦੇ ਰਿਹਾ। ਤਾਂ ਇੱਥੇ ਲੁਧਿਆਣੇ ਤੋਂ ਵਕੀਲ ਸਾਹਿਬ ਪਹੁੰਚੇ ਨੇ, ਗੱਲਬਾਤ ਕਰ ਲੈਂਦੇ ਆ। ਬਾਈ ਰਵੀ ਚੌਧਰੀ ਹੁਣੀ ਨੇ, ਉਹਨਾਂ ਦੀ ਟੀਮ ਆ ਨਾਲ, ਤੇ ਬਾਈ ਬਲਵਿੰਦਰ ਹੁਣੀ ਵੀ ਨੇ, ਮਨੀਸ਼ ਹੁਣੀ ਨੇ। ਤਾਂ ਵੀਰੇ ਤੁਸੀਂ ਇੱਥੇ ਪਹੁੰਚੇ ਹੋ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹੁੰਦਾ, ਇੱਥੇ ਆਏ ਹੋ ਤੁਸੀਂ ਵਕੀਲ ਹੋ, ਕੰਮਕਾਰ ਛੱਡ ਕੇ ਆਉਣਾ ਬੜਾ ਔਖਾ ਹੁੰਦਾ ਵਾ। ਹਾਂ, ਇਹ ਮੇਰਾ ਦੂਜਾ ਗੇੜਾ ਵਾ ਇਸ ਧਰਨੇ ਦਾ। ਮੈਂ ਲਾਸਟ ਜਦੋਂ ਇੱਥੇ ਹੰਗਾਮਾ ਹੋਇਆ ਸੀਗਾ ਲਾਸਟ, ਅਤੇ ਉਦੋਂ ਵੀ ਉਸ ਦਿਨ ਮੈਂ ਇੱਥੇ ਹੀ ਸੀਗਾ। ਅਤੇ ਇਹ ਸਾਡੀ ਸਮਾਜਿਕ, ਮੈਂ ਵਕੀਲ ਹੋਣ ਦੇ ਨਾਲ ਨਾਲ ਮੈਂ ਆਪ ਵੀ ਖੇਤੀ ਕਰਦਾ ਵਾਂ। ਸਾਡੀ ਆਪਣੀ ਜ਼ਮੀਨ ਹੈਗੀ ਹੁਸ਼ਿਆਰਪੁਰ ਦੇ ਵਿੱਚ, ਪਿੰਡ ਡਡੋਚ। ਅਤੇ ਮੇਰਾ ਮੰਨਣਾ ਇਹ ਆ ਕਿ ਇਹ ਜਿਹੜੀਆਂ ਨੀਤੀਆਂ ਲੈ ਕੇ ਆ ਰਹੀ ਹੈ ਸੈਂਟਰ ਦੀ ਗੌਰਮੈਂਟ, ਉਹ ਇੱਕ ਵਰਲਡ ਇਕਨੋਮਿਕ ਆਰਡਰ, ਨਿਊ ਵਰਲਡ ਇਕਨੋਮਿਕ ਆਰਡਰ ਦੀ ਤਰਫ ਆਪਾਂ ਅੱਜ ਵੱਧ ਰਹੇ ਹਾਂ, ਜਿਹੜਾ ਕਿ ਪਹਿਲਾਂ ਹੀ ਬਾਹਰਲੇ ਮੁਲਕਾਂ 'ਚ ਚੱਲਦਾ ਪਿਆ, ਅਤੇ ਉਹਨਾਂ ਦੇ ਕਿਸਾਨ ਅੱਜ ਵੀ ਉੱਥੇ ਧਰਨੇ ਲਾ ਰਹੇ ਆ। ਉਸੇ ਵੱਲ ਨੂੰ ਸਾਡਾ ਇਹ ਵਧਾਉਣ ਦੀ ਕੋਸ਼ਿਸ਼ ਆ, ਕਿਉਂਕਿ ਪਿੱਛੇ ਜਿਹੜੇ ਕੈਪਿਟਲਿਸਟ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਸੈਂਟਰਲ ਗੌਰਮੈਂਟ ਨੂੰ ਇਹ ਦਿਖਾਉਣ ਲਈ ਕਿ ਦਿਸ ਇਜ਼ ਦਾ ਓਨਲੀ ਫੀਲਡ, ਇੱਕ ਇਹੀ ਐਗਰੀਕਲਚਰ ਦਾ ਜੋ ਫੀਲਡ ਸੀਗਾ ਬਚਿਆ ਹੋਇਆ ਸੀਗਾ ਹਜੇ ਤੱਕ, ਅਛੁੱਤਾ ਸੀਗਾ, ਜਿਹਨੂੰ ਹਜੇ ਤੱਕ ਇਹਨਾਂ ਨੇ ਟੱਚ ਨਹੀਂ ਸੀ ਕੀਤਾ, ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਅੱਜ ਤੱਕ ਟੱਚ। ਬਟ ਕੈਪਿਟਲਿਸਟ ਨੇ ਦੇਖਿਆ ਕਿ ਇਹ ਤੋਂ ਵੱਡੀ ਮਾਰਕੀਟ ਹੈ ਨਹੀਂ ਕੋਈ, ਇਹ ਤੋਂ ਵੱਡੀ ਮਾਰਕੀਟ ਨਹੀਂ ਮਿਲਣੀ ਪੂਰੇ ਵਰਲਡ ਦੇ ਵਿੱਚ। ਬਾਹਰ ਹੋ ਚੁੱਕਾ ਵਾ, ਬਾਹਰ ਮੈਕਸੀਮ, ਤੁਸੀਂ ਮੈਂ ਕੱਲ੍ਹ ਵੀ ਦੇਖ ਰਿਹਾ ਸੀਗਾ, ਜਿੰਨਾ ਵੀ ਅਮੈਰੀਕਾ ਦਾ ਮੈਕਸੀਮ ਕ੍ਰੰਚ ਜਿਹੜਾ ਲੈਂਡ ਦਾ ਵਾ, ਉਹ ਬਿਲ ਗੇਟਸ ਕੋਲ ਆ, ਬਿਲ ਗੇਟਸ ਕੋਲ ਆ ਉਹ ਸਾਰਾ, ਜ਼ਿਆਦਾ ਤੋਂ ਜ਼ਿਆਦਾ ਹਿੱਸਾ ਜਿਹੜਾ ਲੈਂਡ ਦਾ ਕਾਰਪੋਰੇਟ ਕਰਾਉਣੇ, ਕਿਆ ਕਾਰਪੋਰੇਟ ਕਰਾਉਣੇ ਆ, ਬਿਲਕੁਲ, ਹੋਰ ਕੋਈ ਹੈ ਹੀ ਨਹੀਂ ਇਹਨਾਂ ਦੇ ਮਗਰ। ਅਤੇ ਜੇ ਆਪਾਂ ਜਿਹੜਾ ਮੰਗ ਕਰ ਰਹੇ ਹਾਂ ਕਿ ਇਹ ਕਾਨੂੰਨ ਆਣਗੇ, ਲੋਕਾਂ ਦੇ ਮਨ 'ਚ ਨਾ ਵਹਿਮ ਆ ਕਿ ਯਾਰ ਮਹਿੰਗਾਈ ਬਹੁਤ ਹੋ ਜੂਗੀ, MSP ਦੇ ਲੈ ਕੇ ਨਾ ਬੜਾ ਇੱਕ ਵੀਡੀਓ ਵੀ ਵਾਇਰਲ ਹੁੰਦੀ ਆ ਕਿ ਮਹਿੰਗਾਈ ਵੱਧ ਜਾਣੀ, ਉਹ ਥੋੜ੍ਹਾ ਜਿਹਾ ਸਮਝਾਓ ਸਰ। ਆਪਾਂ ਇੱਕ ਮੰਨ ਕੇ ਚੱਲਦੇ ਹਾਂ ਕਿ ਸਰਕਾਰੀ ਬੰਦੇ ਨੂੰ TA DA ਲੱਗਦੇ ਆ ਨਾ, ਉਹਦੀ ਤਨਖਾਹ ਵੱਧਦੀ ਆ। ਮੈਂ ਜਦੋਂ ਦੀ ਮੈਂ ਸੁਰਤ ਸੰਭਾਲੀ ਆ, 1450 ਤੋਂ ਸ਼ੁਰੂ ਕੀਤਾ ਸੀ ਮੈਂ, ਜਦੋਂ ਮੈਨੂੰ ਪਹਿਲੀ ਵਾਰ ਦੇਖਿਆ ਸੀ ਕਣਕ ਦੇ ਉੱਤੇ MSP ਦਿੰਦੀ, ਅੱਜ ਕਿੰਨੀ ਆ, 1950 ਤੱਕ ਪਹੁੰਚੀ ਆ। 2004 ਦੀ ਗੱਲ ਆ ਇਹ ਜਦੋਂ ਮੈਂ ਕਰ ਰਿਹਾ ਵਾਂ, ਅਤੇ ਅੱਜ 2024 ਚੱਲ ਰਿਹਾ ਵਾ। ਸੋ ਇਹ ਮਿਸਕਨਸੈਪਸ਼ਨ ਹੈ ਲੋਕਾਂ ਦੇ ਮਨ 'ਚ ਕਿ ਜੇ MSP ਆ ਗਈ ਤਾਂ ਉਹਦੇ ਨਾਲ ਮਹਿੰਗਾਈ ਵੱਧ ਜੂਗੀ, ਇੱਦਾਂ ਦਾ ਕੋਈ ਕਨਸੈਪਟ ਨਹੀਂ ਹੋਣਾ। MSP ਨਾਲ ਸਿਰਫ ਕਿਸਾਨਾਂ ਦੀ ਆਮਦਨੀ ਨਹੀਂ ਵਧਣੀ, ਪ੍ਰਾਈਸਿਸ ਵੀ ਕੰਟਰੋਲ ਹੋਣਗੇ। ਅੱਜ ਦੀ ਡੇਟ ਦੇ ਵਿੱਚ ਆਪਾਂ ਗੰਡੇ ਲੈਂਦੇ ਹਾਂ, ਉਹ ਖੇਤਾਂ 'ਚੋਂ ਕਿੰਨੇ ਰੁਪਏ ਚੱਕਦੇ ਆ ਸਾਨੂੰ ਪਤਾ, ਅਤੇ ਮਾਰਕੀਟ 'ਚ ਜਦੋਂ ਤੱਕ ਆਪਾਂ ਦੁਬਾਰਾ ਲੈਣ ਜਾਂਦੇ ਰਿਟੇਲ ਦੇ ਵਿੱਚ ਸਾਨੂੰ ਪਤਾ ਲੱਗਦਾ ਕੀ ਮਿਲ ਰਿਹਾ ਵਾ। ਆਲੂ 1 ਰੁਪਏ ਚੱਕਦੇ ਆ, ਆਲੂ ਜਦੋਂ ਮਰ ਜਾਂਦਾ ਨਾ ਪੂਰਾ ਆਲੂ, ਜ਼ਿਆਦਾ ਤੋਂ ਜ਼ਿਆਦਾ ਕਹਿੰਦੇ 5, ਹਾਂ ਜ਼ਿਆਦਾ ਤੋਂ ਜ਼ਿਆਦਾ 5। ਅੱਛਾ, ਇਹ ਛੋਟਾ ਜਿਹਾ ਕਨਸੈਪਟ ਆ, ਆਪਾਂ ਜਦੋਂ ਫਸਲ ਹੁੰਦੀ ਆ ਨਾ, ਜੇ ਆਪਾਂ ਕੀ ਕਰਦੇ ਹਾਂ, ਜਦੋਂ ਪਹਿਲੀ ਫਸਲ ਨਿਕਲ ਜਾਂਦੀ ਆ, ਜਿਹਨੇ ਅਗੇਤੇ ਲਾ ਦਿੰਦੇ ਆ, ਉਹਦੇ ਨਿਕਲ ਗਏ, ਉਹਦੀ ਵਧੀਆ ਰੇਟ ਪੈ ਜਾਣਾ। ਜਿੱਦਾਂ ਜਿੱਦਾਂ ਦੁਆਬੇ ਦਾ ਆਲੂ ਆਉਂਦਾ ਵਾ ਜਲੰਧਰ ਦਾ, ਰੇਟ ਮਰ ਜਾਂਦਾ, ਫਿਰ ਆਪਾਂ ਭੱਜਦੇ ਹਾਂ ਦਿੱਲੀ ਵੱਲ ਦੀ, ਆਪਣੇ ਉੱਥੋਂ ਕੈਂਟਰ ਭਰ ਭਰ ਕੇ ਆਪਾਂ ਦਿੱਲੀ ਵੱਲ ਨੂੰ ਕੂਚ ਕਰਦੇ ਹਾਂ ਕਿ ਹਾਂ ਉੱਥੇ ਜਾ ਕੇ ਸਾਨੂੰ 100 ਰੁਪਈਆ ਉੱਤੇ ਹੀ ਮਿਲ ਜਾਵੇ ਤਾਂ। ਅਤੇ ਇਹ ਮਿਸਕਨਸੈਪਸ਼ਨ ਆ, ਇਹ ਜਿਹੜੇ ਲਾਸ ਬਣਨਗੇ ਇਹਦੇ ਵਿੱਚ ਪ੍ਰਾਈਸ ਕੰਟਰੋਲ ਦਾ ਵੀ ਆਊਗਾ, ਇਹ ਜ਼ਰੂਰੀ ਨਹੀਂ ਹੈਗਾ। ਆਪਾਂ ਖੰਡ ਨੂੰ ਵੀ ਤਾਂ ਕੰਟਰੋਲ ਕਰਦੇ ਹਾਂ, ਗੰਡਿਆਂ ਨੂੰ ਵੀ ਹੁਣ ਐਕਸਪੋਰਟ ਸ਼ੁਰੂ ਕੀਤਾ ਸੈਂਟਰ ਗਵਰਨਮੈਂਟ ਨੇ, ਉੱਥੇ ਵੀ ਤਾਂ ਲਾਉਂਦੇ ਹਾਂ, ਤਾਂ ਇਹ 'ਤੇ ਕਿਉਂ ਨਹੀਂ ਹੋ ਸਕਦਾ। ਔਰ ਕੀ ਗੱਲ ਹੋ ਵੀ ਕਹੀ ਗਈ ਹੈ, 31 ਫਸਲਾਂ ਆਪਾਂ 31 ਫਸਲਾਂ ਇਸ ਕਰਕੇ ਮੰਗ ਰਹੇ ਹਾਂ ਕਿਉਂਕਿ ਸਾਰੀਆਂ ਫਸਲਾਂ ਪੰਜਾਬ 'ਚ ਨਹੀਂ ਹੁੰਦੀਆਂ, ਸਾਰੇ ਹਿੰਦੁਸਤਾਨ ਦੀ ਲੜਾਈ ਹੈ, ਸਾਰਾ ਹੱਕ ਸਾਨੂੰ। ਇਹ 5 ਤੇ ਦੇ ਰਹੇ ਸੀਗੇ, ਆਪਾਂ ਨਹੀਂ ਮੰਨਣੀਆਂ, ਕਿਉਂਕਿ ਉਹ 5 ਸਿਰਫ ਪੰਜਾਬ ਦੀਆਂ ਨੇ ਜਿਹੜੀਆਂ ਦੇ ਰਹੇ ਆ। ਹੁਣ ਹਰਿਆਣੇ ਵਾਲੇ ਕਹਿੰਦੇ ਆ ਕਿ ਸਾਨੂੰ ਜੀ ਜਿਹੜੇ ਆਇਲ ਸੀਡਸ ਆ ਉੱਥੇ ਉਹ ਗਰੋ ਹੁੰਦਾ ਵਾ, ਗੁਜਰਾਤ ਦੇ ਵਿੱਚ ਕਾਟਨ ਬਹੁਤ ਹੁੰਦੀ ਆ, ਬਲੈਕ ਸੋਇਲ ਆ ਉੱਥੇ ਦੀ, ਮਿੱਟੀ ਦਾ ਵੀ ਫਰਕ ਆ, ਉਹਨਾਂ ਦੀ ਮਿੱਟੀ ਦੇ ਅਕੋਰਡਿੰਗਲੀ ਉਹਨਾਂ ਦੀ ਫਸਲ ਚੱਲਦੀ ਆ। ਸੋ ਇਹ ਗੱਲ ਕਹਿਣੀ ਕਿ ਇਹ ਸਾਰੇ ਹਿੰਦੁਸਤਾਨ ਦੀ ਹੀ ਲੜਾਈ ਆ, ਸਿਰਫ ਪੰਜਾਬ ਵਾਲਿਆਂ ਦੀ ਲੜਾਈ ਨਹੀਂ ਹੈਗੀ। ਅਤੇ ਕਾਨੂੰਨ ਬਣਨ ਨਾਲ
ਸਾਨੂੰ ਮਹਿੰਗਾਈ ਹੋ ਜੂਗੀ, ਇਹ ਮਿਸਕਨਸੈਪਸ਼ਨ ਆ ਲੋਕਾਂ ਦੇ ਮਨ ਦੇ ਵਿੱਚ, ਉਹ ਦੂਰ ਹੋਣੀ ਚਾਹੀਦੀ ਆ। ਇਹ ਬੁੱਧੀਜੀਵੀ ਵਰਗ ਨੂੰ ਅੱਗੇ ਆ ਕੇ ਦੱਸਣਾ ਚਾਹੀਦਾ, ਆਮ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵਾ। ਆਪਾਂ ਉਹੀ ਸੁਣ ਸੁਣ ਕੇ ਵਟਸਐਪ ਦੇ ਸੁਣ ਕੇ ਜਾਂ ਸੋਸ਼ਲ ਮੀਡੀਆ, ਉਹ ਸਾਰਾ ਕੁਝ ਸਹੀ ਨਹੀਂ ਹੁੰਦਾ। ਉਹਦੇ ਲਈ ਬੁੱਕਸ ਪੜ੍ਹੋ, ਬੁੱਕਸ ਆਰ ਦਾ ਬੈਸਟ ਸੋਰਸ। ਜਾਂ ਕਿਸੇ ਇੰਟਲੈਕਚੁਅਲ ਬੰਦੇ ਨਾਲ ਤੁਸੀਂ ਆਪਣੀ ਸਾਂਝ ਕਰੋ ਸੋਚਾਂ ਨੂੰ, ਤਾਂ ਜਾ ਕੇ ਇਸ ਗੱਲ ਦਾ ਨਿਪਟਾਰਾ ਹੋਣਾ ਵਾ।